ਪੰਜਾਬ ਦੀ ਸੱਤਾ ਸੰਭਾਲਣ ਬਾਅਦ ਕਾਂਗਰਸ ਦੇ ਕਪਤਾਨ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਸ਼ਹਿਰ ਵਿੱਚ ਪੀਆਰਟੀਸੀ ਵੱਲੋਂ ਨਵਾਂ ਬੱਸ ਸਟੈਂਡ ਬਣਾਇਆ ਜਾ ਸਕਦਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀਆਰਟੀਸੀ ਦੇ ਐਮਡੀ ਮਨਜੀਤ ਸਿੰਘ ਨਾਰੰਗ ਨੇ ਦੱਸਿਆ ਕਿ ਪਟਿਆਲਾ ਵਿੱਚ ਵੀ ਚੰਡੀਗੜ੍ਹ ਦੀ ਤਰਜ਼ ਤੇ ਦੋ ਬੱਸ ਸਟੈਂਡ ਦੀ ਸੁਵਿਧਾ ਮੁਹੱਈਆ ਕਰਾਈ ਜਾਏਗੀ। ਉਹਨਾਂ ਕਿਹਾ ਕਿ ਚੰਡੀਗੜ੍ਹ ਵਿੱਚ ਇਸ ਗੱਲ ਤੇ ਫੈਸਲਾ ਹੋਇਆ ਸੀ ਕਿ ਲੋਕਲ ਰੂਟਾਂ ਲਈ ਵੱਖਰਾ ਬੱਸ ਸਟੈਂਡ ਅਤੇ ਦੂਜੇ ਰਾਜਾਂ ਲਈ ਜਾਣ ਵਾਲੀਆਂ ਬੱਸਾਂ ਲਈ ਵੱਖਰਾ ਬੱਸ ਸਟੈਂਡ ਬਣਾਇਆ ਜਾਏ। ਇਸ ਮੌਕੇ ਤੇ ਨਾਰੰਗ ਨੇ ਕਿਹਾ ਕਿ ਵਿਭਾਗ ਵੱਲੋਂ 50 ਨਵੀਆਂ ਬੱਸਾਂ ਪਾਈਆਂ ਗਈਆਂ ਨੇ, ਜਿਨ੍ਹਾਂ ਵਿੱਚ 10 ਬੱਸਾਂ ਪਟਿਆਲਾ ਡਿਪੂ ਨੂੰ ਮਿਲੀਆਂ ਨੇ। ਪਿਛਲੇ 10 ਦਿਨ ਪਹਿਲਾਂ ਚੰਡੀਗੜ੍ਹ ਲੈਵਲ 'ਤੇ ਮੀਟਿੰਗ ਹੋਈ ਸੀ, ਉੱਥੇ ਇਹ ਫੈਸਲਾ ਹੋਇਆ ਸੀਗਾ ਕਿ ਇਹ ਬੱਸ ਸਟੈਂਡ ਲਈ ਮੇਨ ਰੂਟ ਦੀਆਂ ਬੱਸਾਂ ਲਈ ਕੋਈ ਵੱਖਰਾ ਬੱਸ ਸਟੈਂਡ ਬਣਾਇਆ ਜਾਵੇ, ਤਾਂ ਜੋ ਜਿਹੜੇ ਛੋਟੇ ਰੂਟ ਜਾਂ ਲੋਕਲ ਬੱਸਾਂ ਦੀ ਹੈ ਉਹ ਇਸ ਬੱਸ ਸਟੈਂਡ 'ਚ ਰੱਖ ਲਈਆਂ ਜਾਣ। ਸੋ ਉਹਦੇ ਮੁਤਾਬਕ ਅਸੀਂ ਇਹ ਹੁਣ ਇਹ ਬੱਸ ਸਟੈਂਡ ਦੀ ਨਵੀਂ ਪ੍ਰਪੋਜ਼ਲ ਤਿਆਰ ਕਰ ਰਹੇ ਹਾਂ, ਜੋ ਕਿ ਸਰਕਾਰ ਨੂੰ ਕੋਲ ਭੇਜ ਕੇ ਮਾਨਯੋਗ ਮੁੱਖ ਮੰਤਰੀ ਜੀ ਨਾਲ ਡਿਸਕਸ ਕਰਕੇ ਫਾਈਨਲ ਤੌਰ 'ਤੇ ਫੈਸਲਾ ਕੀਤਾ ਜਾਏਗਾ ਕਿ ਨਵਾਂ ਬੱਸ ਸਟੈਂਡ ਪਟਿਆਲੇ ਲਈ ਜੇ ਲੋੜ ਹੈ ਤਾਂ ਕਿੱਥੇ ਬਣਾਇਆ ਜਾਵੇ, ਜਿੱਥੇ ਹੁਕਮ ਕਰਨਗੇ ਉੱਥੇ ਅਸੀਂ ਉਹਦੇ ਅਕੋਰਡਿੰਗਲੀ ਪ੍ਰਪੋਜ਼ਲ ਤਿਆਰ ਕਰਾਂਗੇ।